ਦੇਖੋ ਮਾਸ਼ਾਅੱਲਾ, ਹਾਂਜੀ ਪਹਿਲੇ ਇੱਦਾਂ ਦੇਖ ਲਓ, ਤੁਹਾਨੂੰ ਸਸਤਾ ਜਾਨਵਰ ਮਿਲੇਗਾ ਲੋਕਾਂ ਨਾਲੋਂ। ਆਹ ਦੇਖੋ, ਆਹ ਤੁਸੀਂ ਦੇਖ ਲਏ ਆ, ਹੁਣ ਮੈਂ ਤੁਹਾਨੂੰ ਦਿਖਾ ਕੇ ਆਉਂਦਾ, ਜਾ ਕੇ ਦੂਸਰੇ ਇਹਦਾ ਕੰਮ ਚੈੱਕ ਕਰੋ, ਹਜੇ ਹੁਣੇ ਮੈਂ ਤੁਹਾਨੂੰ ਦੱਸਣ ਆਇਆ ਸੀਗਾ। ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ, ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। 9 ਵੱਜ ਗਏ ਆ, ਭਾਈ ਸ਼ਬੀਰ ਦਾ ਫੋਨ ਆਇਆ ਕਿ ਉੱਠ ਜਾ ਵੀ ਚੱਲੀਏ। ਮੈਂ ਕਿਹਾ ਆ ਜਾਓ, ਮੈਂ ਤਿਆਰ ਹੀ ਬੈਠਾ, ਉੱਠ ਗਿਆ ਸੀ ਮੈਂ ਟਾਈਮ ਨਾਲ ਹੀ। ਇਹਨਾਂ ਦਾ ਖਾਣਾ ਪਾਣੀ ਇਹਨਾਂ ਨੂੰ ਪਾ ਦਿੱਤਾ ਵਾ, ਚਿੜੀਆਂ ਖਾ ਰਹੀਆਂ ਨੇ, ਤੋਤੇ ਨੂੰ ਰੋਟੀ ਪਾਈ ਆ, ਉਹਨੇ ਹੁਣੀ ਖਾਧੀ ਆ। ਮਟਰ ਆ ਮੈਂ ਕੱਢ ਕੇ ਰੱਖੇ ਆ, ਮਟਰ ਦੀ ਟਰੇ 'ਚ ਕੱਢ ਕੇ ਅਤੇ ਇਹਦੇ ਅੱਗੇ ਰੱਖ ਦਿੰਦੇ ਹਾਂ, ਇਹ ਵੀ ਖਾ ਲਏਗਾ। ਮੀਆਂ ਮਿੱਠੂ ਚਿੜੀਆਂ ਮਾਸ਼ਾਅੱਲਾ ਖਾ ਰਹੀਆਂ, ਇਹਨਾਂ ਨੂੰ ਹੁਣੀ ਪਾਇਆ ਖਾਣਾ ਪਾਣੀ। ਅਤੇ ਆ ਮਟਰ ਵੀ ਹੁਣ ਕੁੜੀ ਆਵੇ, ਇੱਕ ਹੱਥ ਨਾਲ ਕੱਢਣੇ ਵੀ ਔਖੇ ਨੇ। ਮਟਰ ਕੱਢ ਕੇ ਇਹਨਾਂ ਨੂੰ ਪਾ ਕੇ ਅਤੇ ਇਸ ਤੋਂ ਬਾਅਦ ਫਿਰ ਭਾਈ ਸ਼ਬੀਰ ਨੂੰ ਕਰਦਾ ਕਾਲ ਕਿ ਮੈਂ ਆ ਗਿਆ ਬਾਹਰ, ਅਤੇ ਚਲੋ ਚੱਲੀਏ ਮੰਡੀ ਜਾਣ ਵਾਸਤੇ। ਅਸੀਂ ਨਿਕਲ ਆਏ ਸੀਗੇ, ਭਾਈ ਸ਼ਬੀਰ ਦਾ ਅਚਾਨਕ ਧਿਆਨ ਪਿਆ, ਇੱਥੋਂ ਅਸੀਂ ਰਹਿਣਾ ਸੀਗਾ ਥੋੜ੍ਹਾ, ਭਾਈ ਉਹਨਾਂ ਨੂੰ ਥੋੜ੍ਹਾ ਸਹੀ ਕਰਨ ਵਾਸਤੇ ਦਿੱਤਾ ਸੀਗਾ। ਭਾਈ ਸ਼ਬੀਰ ਦਾ ਅਚਾਨਕ ਧਿਆਨ ਪਿਆ, ਕਹਿੰਦਾ ਆਪਣੇ ਪਿੱਛੇ ਦੇਖ। ਪਿੱਛੇ ਮੈਂ ਦੇਖੇ ਤੇ ਆ ਕਬੂਤਰ, ਮਾਸ਼ਾਅੱਲਾ ਦੇਖੋ ਕਿਹੜੇ ਕਿਹੜੇ ਪਿਆਰੇ। ਆਹ ਦੇਖੋ ਇਹ ਨਸਲ ਕਿਹੜੀ ਹੈ ਉਸਤਾਦ ਜੀ, ਭਲਾ ਇਹ ਲੱਕੇ ਆ ਜੀ, ਆਪਣੇ ਅਮੈਰੀਕਨ ਲੱਕੇ ਨੇ ਮਾਸ਼ਾਅੱਲਾ। ਮੈਂ ਤਾਂ ਐਡੇ ਐਡੇ ਸੋਹਣੇ ਕਬੂਤਰ ਦੇਖਣ ਹੀ ਪਹਿਲੀ ਵਾਰੀ ਲਿਆ। ਆਹ ਦੇਖੋ ਮਾਸ਼ਾਅੱਲਾ, ਉਹ ਉੱਤੇ ਬਲੈਕ ਆ, ਹੁਣ ਏਡੀ ਉੱਤੇ ਮੈਂ ਕਿੱਦਾਂ ਜਾਣਾ ਉਸਤਾਦ ਜੀ। ਉਹ ਉੱਤੇ ਬਲੈਕ ਕਲਰ ਦਾ ਵੀ ਆ, ਇਹਨਾਂ ਨੂੰ ਕਿਸੇ ਦਿਨ ਆਵਾਂਗਾ ਸਹੀ ਤਰ੍ਹਾਂ ਵੀਡੀਓ ਸਾਰੇ ਦੀ ਬਣਾ ਕੇ ਲੈ ਕੇ ਜਾਵਾਂ। ਅਮੈਰੀਕਨ ਲੱਗੇ ਕਬੂਤਰ ਨੇ ਆ ਲੈ। ਆਹ ਦੇਖੋ ਮਾਸ਼ਾਅੱਲਾ, ਉਹ ਵੀ ਉੱਤੇ ਬਲੈਕ ਬੈਠਾ, ਉਹ ਸਾਹਮਣੇ। ਇਹ ਆਮ ਕਬੂਤਰਾਂ ਦੀ ਨਸਲ ਨਾਲੋਂ ਤਾਂ ਵੱਡੇ ਨੇ ਚੰਗੇ ਭਲੇ, ਆਮ ਕਬੂਤਰ ਤਾਂ ਨਹੀਂ ਇੱਡਾ ਹੁੰਦਾ ਹੈ। ਫਾਈਨਲੀ ਜੀ ਮੰਡੀ ਅਸੀਂ ਪਹੁੰਚ ਆਏ ਹਾਂ, ਹਾਜੀ ਸਾਹਿਬ ਉੱਥੇ ਪਿੱਛੇ ਮੀਟਿੰਗ 'ਚ ਛੱਡ ਆਏ ਉਹਨਾਂ ਨੂੰ, ਅਤੇ ਅਸੀਂ ਆ ਕੇ ਇੱਥੇ ਬਹਿ ਗਏ ਹਾਂ। ਬਾਕੀ ਜਾਨਵਰ ਨਵੇਂ ਆਏ ਆ, ਮੈਂ ਤੁਹਾਨੂੰ ਦਿਖਾਉਂਦਾ ਥੋੜ੍ਹੀ ਦੇਰ ਤੱਕ, ਥੋੜ੍ਹੀ ਦੇਰ ਜ਼ਰਾ ਇਹਨਾਂ ਨਾਲ ਕੋਈ ਮੀਟਿੰਗ ਕਰਨੀ ਆ, ਉਹ ਕਰਕੇ ਨਾ ਫਿਰ ਤੁਹਾਨੂੰ ਦਿਖਾਉਂਦਾ ਮੈਂ। ਅੱਜ ਮੰਡੀ ਅਸੀਂ ਆ ਗਏ ਸੀ ਟਾਈਮ ਨਾਲ, ਮੈਂ ਅਤੇ ਭਾਈ ਜ਼ਬੈਰ ਨੇ ਕੀਤਾ ਜੀ ਹੁਣੀ ਨਾਸ਼ਤਾ, ਚਾਚਾ ਦਿੱਤਾ ਲੈ ਕੇ ਆਇਆ ਵਾ ਜਾਨਵਰ, ਮੈਂ ਤੁਹਾਨੂੰ ਦਿਖਾਉਂਦਾ। ਦੇਖੋ ਮਾਸ਼ਾਅੱਲਾ, ਹਾਂਜੀ ਪਹਿਲੇ ਇੱਦਾਂ ਦੇਖ ਲਓ, ਇਸ ਤੋਂ ਬਾਅਦ ਚਾਚੇ ਦਿੱਤੇ ਨੂੰ ਬੁਲਾ ਕੇ ਅਤੇ ਇਹਨਾਂ ਦੀਆਂ ਕੀਮਤਾਂ ਫਿਰ ਮੈਂ ਤੁਹਾਨੂੰ ਪਛਾ ਕੇ ਦੱਸਦਾ ਵਾਂ। ਵਿੱਚ ਫਿਰ ਚਾਚੇ ਦਿੱਤੇ ਦਾ ਨੰਬਰ ਵੀ ਆਪਾਂ ਅਟੈਚ ਕਰ ਦਿਆਂਗੇ, ਚੈੱਕ ਕਰੋ ਮਾਸ਼ਾਅੱਲਾ। ਬਹੁਤ ਬਹੁਤ ਚੰਗੇ ਐਤਕੀ ਲੈ ਕੇ ਆਇਆ ਬੱਕਰੇ ਚਾਚਾ। ਜਾਨਵਰ ਹਜੇ ਥੋੜ੍ਹੀ ਦੇਰ ਪਹਿਲਾਂ ਹੀ ਉਹ ਲੈ ਕੇ ਆਏ ਸੀਗੇ, ਅਤੇ ਆਪਣਾ ਹਜੇ ਹਿਸਾਬ ਕਿਤਾਬ ਉਹਨਾਂ ਦਾ ਕਰਨ ਦੇ ਆ, ਲਿਖ ਲਿਖਾ ਕਰਨ ਦੇ ਨੇ, ਫਾਰਗ ਹੁੰਦੇ ਆ, ਅਤੇ ਫਿਰ ਉਸ ਤੋਂ ਬਾਅਦ ਆਪਾਂ ਪੁੱਛਦੇ ਹਾਂ ਉਹਨਾਂ ਨੂੰ ਜਾ ਕੇ ਨਾ, ਫਿਰ ਇਹਨਾਂ ਦੀਆਂ ਇਕੱਲੀ ਇਕੱਲੀ ਕੀਮਤ ਪੁੱਛਾਂਗੇ ਕਿ ਭਾਈ ਦੇਣਾ ਕਿੰਨੇ 'ਚ ਫਾਈਨਲ, ਫਿਰ ਇਹਨਾਂ ਨੂੰ ਪੁੱਛਾਂਗੇ ਕਿ ਜਿਹੜੇ ਮੇਰੇ ਵਿਊਵਰਸ ਆਉਣਗੇ ਫੋਨ ਕਰਕੇ ਆਉਣਗੇ ਜਾਂ ਇੱਦਾਂ ਵੀਡੀਓ ਦੇਖ ਕੇ ਆਉਣਗੇ, ਉਹਨਾਂ ਨੂੰ ਕਿੰਨੇ 'ਚ ਦੇਣਾ, ਫਿਰ ਆਪਾਂ ਕਰਦੇ ਹਾਂ ਗੱਲ ਉਸ ਤੋਂ ਬਾਅਦ ਉਹਨਾਂ ਨਾਲ। ਮੈਂ ਤਾਂ ਭਾਈ ਸ਼ਬੀਰ ਚਲ ਗਏ ਸੀ ਦਫ਼ਤਰ, ਦਫ਼ਤਰ ਬੈਠੇ ਸੀਗੇ, ਉੱਠ ਕੇ ਆਏ ਹਾਂ ਅਤੇ ਚਾਚਾ ਦਿੱਤਾ ਚਲਾ ਗਿਆ ਵਾ, ਚਾਚੇ ਦਿੱਤੇ ਦੇ ਜਾਨਵਰ ਨੇ। ਹੁਣ ਮੈਂ ਤੁਹਾਨੂੰ ਦਿਖਾ ਦਿੰਦਾ ਵਾ, ਨੰਬਰ ਲਿੰਕ ਕਰ ਦਿਆਂਗਾ ਚਾਚੇ ਦਿੱਤੇ ਦਾ, ਵਿੱਚ ਨੰਬਰ ਮੈਂ ਲਾ ਦਿਆਂਗਾ ਆਪਣਾ, ਤੁਸੀਂ ਜਿਹਨੂੰ ਪਸੰਦ ਆਏ ਜਿਹੜਾ ਜਾਨਵਰ ਉਹ ਤੁਸੀਂ ਰਾਬਤਾ ਕਰ ਲਿਓ। ਇੱਕ ਆਹ ਵਾ ਖੜਾ, ਓਏ ਖੜਾ ਨਹੀਂ ਜੇ ਹੁੰਦਾ, ਓਏ ਖੜਾਓ ਖੜਾਓ ਖੜਾਓ, ਏਡੇ ਏਡੇ ਤਾਂ ਸਿੰਘ ਆ, ਮੈਨੂੰ ਤਾਂ ਡਰ ਲੱਗਦਾ। ਇੱਕ ਆਹ ਵਾ ਠੀਕ ਆ, ਆਹ ਦੇਖੋ ਲੰਮੇ ਪਿਆ, ਇਹ ਬੱਕਰੀ ਲੱਗਦੀ ਮੈਨੂੰ, ਨਹੀਂ ਬੱਕਰਾ ਹੀ ਆ, ਉੱਠ ਨਹੀਂ ਉੱਠਣਾ ਬਈ। ਆਹ ਦੇਖੋ
ਚੰਗੇ ਤਗੜੇ ਨੇ ਆਹ ਦੇਖੋ ਮਾਸ਼ਾਅੱਲਾ। ਪਰ ਇਹ ਇੱਕ ਮਸਲਾ ਇਹਨਾਂ ਦਾ, ਇਹ ਬੋ ਬੱਕਰੇ ਨੇ ਦੂਸਰੇ ਆ, ਆਹ ਦੇਖੋ ਇਹ ਬੋ ਬੱਕਰੇ ਨੇ ਸਾਰੇ, ਸਮੈਲ ਵੀ ਆਉਂਦੀ ਇਹਨਾਂ ਦੇ ਵਾੜੇ 'ਚੋਂ। ਭਾਈ ਸਾਹਿਬ ਦੱਸਣ ਦੇ ਸੀਗੇ ਇਹ ਆਪਣਾ ਪਿਸ਼ਾਬ ਕਹਿੰਦੇ ਆਪ ਹੀ ਪੀਂਦੇ ਆ, ਤਦ ਕਰਕੇ ਇਹਨਾਂ 'ਚ ਸਮੈਲ ਆਉਂਦੀ ਆ ਦੇਖੋ ਮਾਸ਼ਾਅੱਲਾ। ਆਹ ਦੇਖੋ ਜਾਨਵਰ ਤਾਂ ਮਾਸ਼ਾਅੱਲਾ ਬੜੇ ਪਿਆਰੇ ਨੇ, ਚੰਗੇ ਵੱਡੇ ਵੱਡੇ ਨੇ। ਚਾਚੇ ਦਿੱਤੇ ਦਾ ਨੰਬਰ ਮੈਂ ਮੈਨਸ਼ਨ ਕਰ ਦਿਆਂਗਾ, ਜਿਹਨੂੰ ਚੰਗਾ ਲੱਗੇ ਜਿਹੜਾ ਜਾਨਵਰ ਉਹਦੇ ਨਾਲ ਫੋਨ 'ਤੇ ਰਾਬਤਾ ਕਰ ਲਵੇ, ਰਾਬਤਾ ਕਰਕੇ ਆਪਣਾ ਤੁਸੀਂ ਖਰੀਦ ਸਕਦੇ ਹੋ। ਮੇਰੀ ਵੀਡੀਓ ਤੋਂ ਆਓਗੇ, ਉਹਨਾਂ ਨੂੰ ਦੱਸੋ ਜੀ ਮੈਂ ਮੈਰ ਦੀ ਵੀਡੀਓ ਵੇਖ ਕੇ ਤੁਹਾਡੇ ਨਾਲ ਰਾਬਤਾ ਕੀਤਾ ਵਾ, ਤੁਹਾਨੂੰ ਇਨਸ਼ਾਅੱਲਾ ਰਾਇਤ 'ਚ ਮਿਲੇਗਾ, ਚੰਗੀ ਰਾਇਤ 'ਚ ਮਿਲਣਗੇ ਜਾਨਵਰ। ਜਿਹਦਾ ਜਿਹਦਾ ਮੈਂ ਨੰਬਰ ਤੁਹਾਨੂੰ ਦਾਂਗਾ ਮੇਰੀ ਵੀਡੀਓ ਤੋਂ ਵੇਖ ਕੇ ਰਾਬਤਾ ਕਰੋ, ਤੁਹਾਨੂੰ ਸਸਤਾ ਜਾਨਵਰ ਮਿਲੇਗਾ ਲੋਕਾਂ ਨਾਲੋਂ। ਆਹ ਦੇਖੋ ਆਹ ਤੁਸੀਂ ਦੇਖ ਲਏ ਆ, ਹੁਣ ਮੈਂ ਤੁਹਾਨੂੰ ਦਿਖਾ ਕੇ ਆਉਂਦਾ, ਜਾ ਕੇ ਦੂਸਰੇ ਇਹਦਾ ਕੰਮ ਚੈੱਕ ਕਰੋ, ਹਜੇ ਹੁਣੇ ਮੈਂ ਤੁਹਾਨੂੰ ਦੱਸਣ ਆਇਆ ਸੀਗਾ, ਚੈੱਕ ਕਰ ਰਹੇ ਹੋ। ਆਹ ਲੈ ਲਾ ਜਿਹੜਾ ਨਾ, ਆਹ ਵੀ ਲੈ ਲਾ ਮਾਸ਼ਾਅੱਲਾ, ਤੰਗਾ ਤਗੜਾ ਸਹੀ ਆ, ਲੈ ਲੇ ਮਾਸ਼ਾਅੱਲਾ ਚੰਗੇ ਜਵਾਨ ਨੇ। ਤੁਹਾਨੂੰ ਮੈਂ ਦੂਸਰੇ ਲੈ ਲੇ ਦਿਖਾਉਂਦਾ ਵਾ, ਉੱਧਰ ਦੂਸਰੇ ਵਾੜੇ 'ਚ ਵੱਜੇ ਆ, ਜਾਂ ਫਿਰ ਇਹ ਹੀ ਲੈ ਲੇ ਦੇਖੋ, ਇਹ ਤੋਂ ਬਾਅਦ ਫਿਰ ਤੁਹਾਨੂੰ ਮੈਂ ਦੂਸਰੇ ਦਿਖਾਵਾਂਗਾ। ਆਹ ਬੋ ਬੱਕਰੇ ਨੇ, ਪਸੰਦ ਪਸੰਦ ਦੀ ਗੱਲ ਆ, ਲੋਕ ਇਹਨਾਂ ਨੂੰ ਵੀ ਖੜਦੇ ਹੀ ਆ। ਇਹਨਾਂ ਦੇ ਸਿੰਘ ਦੇਖੋ ਮਾਸ਼ਾਅੱਲਾ ਕਿਹੜੇ ਕਿਹੜੇ ਵੱਡੇ ਆ, ਹੈ ਚੰਗੇ ਤਗੜੇ ਜਵਾਨ, ਸਿੰਘ ਵੀ ਮਾਸ਼ਾਅੱਲਾ ਇਹਨਾਂ ਦੇ ਚੰਗੇ, ਸਿੰਘਾਂ ਤੋਂ ਵੀ ਬੜੇ ਸੋਹਣੇ ਲੱਗਦੇ ਆ, ਡਰ ਲੱਗਦਾ ਵਾ ਕਿ ਮਾਰਨ ਨਾ। ਦੂਸਰਾ ਜਿਹੜਾ ਇੱਕ ਸਭ ਤੋਂ ਪਹਿਲੇ ਤੁਹਾਨੂੰ ਮੈਂ ਦਿਖਾਇਆ ਸੀਗਾ, ਉਹ ਬਾਹਰ ਦੂਸਰੇ ਪਾਸੇ ਆਪਣਾ ਵੱਜਿਆ ਵਾ, ਹੁਣ ਮੈਂ ਤੁਹਾਨੂੰ ਜਾ ਕੇ ਨਾ ਉਹ ਦਿਖਾਉਂਦਾ। ਸਭ ਤੋਂ ਪਹਿਲੇ ਜਿਹੜਾ ਮੈਂ ਤੁਹਾਨੂੰ ਲੇਲਾ ਦਿਖਾਉਣ ਦਿਆ ਸੀ ਉਹ ਆਹ ਖੜ੍ਹਾ ਇੱਥੇ, ਆਹ ਦੇਖੋ ਇਹ ਉਹ ਉੱਥੇ ਬੰਨਿਆ ਸੀ ਚਾਚੇ ਨੇ, ਨਹੀਂ ਮਾਰਦਾ ਸਿੰਘ, ਇਹਨੇ ਕੀ ਮਾਰਨਾ ਮੈਨੂੰ, ਇਹਦੇ ਤੇ ਸਿੰਘ ਟੁੱਟੇ ਆ ਉੱਤੋਂ, ਆਹ ਦੇਖਣ ਦੇ ਸਿੰਘ ਟੁੱਟੇ ਆ। ਭਾਈ ਸ਼ਬੀਰ ਕਹਿੰਦੇ ਧਿਆਨ ਕਰ, ਉਹਨੇ ਸਿੰਘ ਮਾਰ ਕੇ ਤੇ ਪਰੋ ਦੇਣਾ ਸੀ। ਚੰਗਾ ਫਿਰ ਹੁਣ ਅਸੀਂ ਚੱਲੇ ਹਾਂ ਘਰ, ਅੱਜ ਟਾਈਮ ਨਾਲ ਹੀ, ਭਾਈ ਸ਼ਬੀਰ ਕਹਿੰਦਾ ਚੱਲੀਏ ਟਾਈਮ ਨਾਲ ਹੀ ਘਰ। ਚੰਗਾ ਵੀ ਚੋਰੀ, ਅੱਲਾ ਹਾਫਿਜ਼। ਫਾਈਨਲੀ ਜੀ ਘਰ ਆ ਗਏ, ਆਉਂਦਾ ਤੋਤੇ ਵਾਸਤੇ ਲੈ ਕੇ ਆਇਆ ਵਾਂ ਹਰੀਆਂ ਮਿਰਚਾਂ ਟਮਾਟਰ ਅਮਰੂਦ, ਜਾ ਕੇ ਲੈ ਕੇ ਆਵਾਂਗਾ, ਹੁਣ ਰਸਤੇ 'ਚ ਨਜ਼ਰ ਨਹੀਂ ਸੀ ਆਏ ਇੱਥੋਂ ਕਿਸੇ ਨੂੰ, ਦੇਖਦੇ ਹਾਂ ਅੰਦਰ ਵਾਲੇ ਪਾਸੇ ਬਾਜ਼ਾਰ 'ਚੋਂ। ਅੰਦਰ ਆ ਕੇ ਬੈਠਾ ਮੈਂ ਕਿਹਾ ਮਿੱਠੂ ਦਾ ਹਾਲ ਚਾਲ ਪੁੱਛ ਲਵਾਂ, ਅਤੇ ਮਿੱਠੂ ਮੈਨੂੰ ਵੇਖ ਕੇ ਪਰੇ ਜਾ ਲੱਗਾ ਉੱਧਰ ਪਿੰਜਰੇ 'ਚ, ਮੈਂ ਉਹਨੂੰ ਪਾਈ ਮਿਰਚ ਲਿਆ ਕੇ, ਮੈਂ ਕਿਹਾ ਚੱਲ ਮਿਰਚ ਖਾ, ਟਮਾਟਰ ਜੇ ਵੀ ਇਹਦਾ ਅੰਦਰ ਪਿਆ ਪਹਿਲਾਂ ਹੀ, ਮੈਂ ਕਿਹਾ ਚੱਲ ਮਿਰਚ ਪਾਉਂਦਾ ਵਾਂ, ਉਹ ਗੱਲਬਾਤ ਕਰਦਾ ਨਾ, ਉਹਨਾਂ ਗੱਲਬਾਤ ਕੀ ਕਰਨੀ, ਉਹਨੇ ਮੈਨੂੰ ਵੇਖਿਆ ਨਾਲ ਹੀ ਪਿੰਜਰੇ ਦੇ ਪਿਛਲੇ ਪਾਸੇ ਜਾ ਕੇ ਲਮਕ ਗਿਆ। ਚਿੜੀਆਂ ਮਾਸ਼ਾਅੱਲਾ, ਅੱਲਾ ਪਾ ਕੇ ਇਹਨਾਂ ਦੀ ਜ਼ਿੰਦਗੀ ਕਰੇ, ਇਹ ਮੈਂ ਦਿਖਾਉਣਾ ਕਿਸੇ ਨੂੰ ਕਿ ਚਿੜੀਆਂ ਕਿੰਨੀਆਂ ਅਤੇ ਚਿੜੇ ਕਿੰਨੇ ਆ, ਨਾ ਪਤਾ ਲੱਗਦਾ ਤੋਤੀਆਂ ਨੇ, ਨਾ ਪਤਾ ਲੱਗਦਾ ਵਾ ਤੋਤੇ ਆ। ਇਹ ਮੈਂ ਜੋੜਾ ਜੋੜਾ ਕਰਾਉਣਾ ਇੱਕ ਤੋਤੀ ਇੱਕ ਤੋਤੇ ਦਾ, ਅਤੇ ਮੁੜ ਕੇ ਫਿਰ ਇਹਨਾਂ ਦਾ ਪਿੰਜਰਾ ਵੱਡਾ ਕਰਕੇ ਨਾ, ਅਤੇ ਇਹਨਾਂ ਕੋਲ ਆਂਡੇ ਲੈ ਕੇ ਕੋਈ ਬੱਚੇ ਬੁੱਚੇ ਕਢਾਈਏ ਕਿ ਇਹਨਾਂ ਨੂੰ ਇੱਦਾਂ ਹੀ ਰੱਖਣਾ। ਉਹ ਚੁੱਕਣ ਲੱਗਾ ਜੇ ਮਿਰਚ, ਉਹ ਚੁੱਕ ਲਈ ਜੇ, ਚੁੱਕ ਲਏ ਵੀ ਚੁੱਕ ਲਈ ਮਿਰਚ, ਅੱਜ ਮੇਰੇ ਸਾਹਮਣੇ ਹੀ ਚੁੱਕ ਲਈ ਜੇ, ਬੜੀ ਮਿਹਰਬਾਨੀ ਇਹਦੀ, ਇਹਨੇ ਮੇਰੇ 'ਤੇ ਸਹਾਣ ਕੀਤਾ, ਕੈਮਰੇ ਦੀ ਨਜ਼ਰ 'ਚ ਆਨਿਆ ਹੋਇਆ ਮਿਰਚ ਨੂੰ ਮੂੰਹ ਮਾਰ ਲਿਆ, ਨਹੀਂ ਤਾਂ ਵੇਖਦਾ ਰਹਿੰਦਾ ਵਾ ਚੁੱਪ ਕਰਕੇ ਇੱਕ ਪਾਸੇ ਜਾ ਕੇ ਲੱਗ ਜਾਂਦਾ। ਖਾ ਲਾ ਵੀ ਖਾ ਲਾ, ਖਾ ਲਾ ਤੇਰੀ ਮਿਹਰਬਾਨੀ, ਭੁੱਖ ਲੱਗੀ ਹੋਣੀ ਮੈਨੂੰ ਲੱਗਦਾ, ਮੈਂ ਅੱਜ ਸਵੇਰ ਜਾਣ ਲੱਗਾ ਪਾ ਕੇ ਤਾਂ ਗਿਆ ਸੀਗਾ, ਭੁੱਖ ਕੀ ਲੱਗੀ, ਉਹ ਵਿੱਚ ਛਿਲ ਛਿਲ ਛੱਡੇ ਸੁੱਟੀ ਜਾਂਦਾ, ਦਾਣੇ ਕਰ ਕਰਕੇ ਥੱਲੇ ਸੁੱਟੀ ਜਾਂਦਾ, ਵੇਖਿਓ ਚੁੰਝ ਮਾਰੇਗਾ, ਛਿੱਲੇਗਾ ਥੱਲੇ ਸੁੱਟ ਦੇਣਾ, ਉਹ ਥੱਲੇ ਸੁੱਟਤੀ, ਛਿੱਲਦਾ ਵਾ ਥੱਲੇ ਸੁੱਟ ਦਿੰਦਾ, ਮਰਜ਼ੀ ਇਹਨਾਂ ਇਹਦੀ ਕੀ ਕਹਿ ਸਕਦੇ ਹਾਂ।
ਠੀਕ ਹੈ ਦੋਸਤੋ, ਇਹ ਸੀ ਅੱਜ ਦੀ ਵੀਡੀਓ, ਮੈਨੂੰ ਦਿਓ ਇਜਾਜ਼ਤ, ਆਪਣਾ ਬਹੁਤ ਸਾਰਾ ਖਿਆਲ ਰੱਖਿਓ। ਅਗਰ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਕਮੈਂਟ ਕਰਕੇ ਸ਼ੇਅਰ ਕਰ ਦੇਣਾ ਵਾ, ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵਾ। ਆਪਣਾ ਬਹੁਤ ਸਾਰਾ ਖਿਆਲ ਰੱਖਣਾ ਵਾ। ਅੱਲਾ ਹਾਫਿਜ਼।